ਗੁਰਮੀਤ ਸਿੰਘ ਕਾਲਾ ਮਾਨ ਧਨੌਲਾ ਜਿਹਦੀ ਅੱਜ ਅੰਤਿਮ ਅਰਦਾਸ ਗੁਰਦੁਆਰਾ ਪਾਤਸ਼ਾਹੀ ਨੌਵੀਂ ਧਨੌਲਾ ਵਿਖੇ ਹੋ ਰਹੀ ਹੈ। ਬਹੁਤ ਸੰਗਤ ਪਹੁੰਚੀ ਹੈ, ਬਹੁਤ ਭਾਰੀ ਇਕੱਠ ਹੈ। ਬਾਕੀ ਤੁਹਾਨੂੰ ਅੰਦਰ ਦੇ ਦ੍ਰਿਸ਼ ਦਿਖਾਉਂਦੇ ਆ, ਬਹੁਤ ਜ਼ਿਆਦਾ ਇਕੱਠ ਹੋਇਆ ਹੋਇਆ। DSP ਬਲਵਿੰਦਰ ਸਿੰਘ ਸੇਖੋਂ ਆਪਣੇ ਸਾਥੀਆਂ ਸਮੇਤ ਸ਼ਰਧਾਂਜਲੀ ਸਮਾਗਮ ਪਹੁੰਚ ਗਏ ਨੇ। ਸ਼ਰਧਾਂਜਲੀ ਸਮਾਰੋਹ ਨੂੰ ਆਪਾਂ ਜੇ ਸਮਝੇ ਤਾਂ ਮੌਤ ਹੋਈ ਹੈ ਤੇ ਅਸੀਂ ਇੱਥੇ ਸ਼ਰਧਾਂਜਲੀ ਦੇ ਕੇ ਅੱਜ ਆਪਣਾ ਫਰਜ਼ ਪੂਰਾ ਕਰ ਲਵਾਂਗੇ ਤੇ ਬਿਲਕੁਲ ਗਲਤ ਹੈ। ਇੱਥੇ ਚੈਲੰਜ ਦਿੱਤਾ ਗਿਆ, ਲਕੀਰ ਵੱਡੀ ਕੀਤੀ ਗਈ ਹੈ। ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕਿਸੇ ਡਾਕਟਰ ਕੋਲ ਮਰੀਜ਼ ਗਿਆ ਤੇ ਉਹਨੇ ਕਿਹਾ ਮੇਰਾ ਹੱਥ ਵਿੱਚ ਦਰਦ ਹੈ, ਇਹਨੂੰ ਹੁਣੇ ਠੀਕ ਕਰ ਦੇ, ਦੇਖੋ ਡਾਕਟਰ ਚੰਗਾ। ਉਹਨੇ ਕਿਹਾ ਆਪਣਾ ਦੂਜਾ ਹੱਥ ਮੇਰੇ ਤੇ ਰੱਖ ਤੇ ਉਹ ਡਾਕਟਰ ਨੇ ਉਹਦੇ ਥੋੜੀ ਮਾਰੀ ਟਿਕਾ ਕੇ ਉਹਦੀਆਂ ਚੀਕਾਂ ਜੁੜ ਗਈਆਂ। ਉਹਨੇ ਕਿਹਾ ਇਹ ਕੀ ਕੀਤਾ, ਉਹਦਾ ਦਰਦ ਪਹਿਲਾਂ ਹੋਇਆ, ਉਹਦਾ ਨਹੀਂ ਹੁੰਦਾ ਨਾ। ਇਹ ਜਵਾਬ ਦਿੱਤਾ ਗਿਆ ਸਾਨੂੰ, ਅਸੀਂ ਚਾਰ ਕਬੱਡੀ ਖਿਡਾਰੀਆਂ ਨਾਲ ਸਾਫ ਮੰਗਦੇ ਸੀ, ਉਹਨਾਂ ਨੇ ਕਾਲੇ ਫਲੋਲੇ ਨੂੰ ਸ਼ਰਿਆਮ ਜਿਹੜਾ ਮੁਕਾਬਲਾ ਬਣਾ ਕੇ ਜਵਾਬ ਦਿੱਤਾ ਕਿ ਅਸੀਂ ਆਹ ਲੋਕਾਂ ਨੂੰ ਅਸੀਂ ਕੀ ਭਾਲਦੇ ਸਾਰੇ। ਇਹ ਚੈਲੰਜ ਸਿਸਟਮ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਿਸਟਮ ਆ ਜਿਹੜਾ ਅਸੀਂ ਪੈਦਾ ਕੀਤਾ ਹੈ। ਕੁਛ ਦੇਰ ਪਹਿਲਾਂ, ਕੁਛ ਹਫ਼ਤੇ ਪਹਿਲਾਂ ਇਹ ਚੀਫ ਮਿਨਿਸਟਰ ਐਡਵਰਟਾਈਜ਼ਮੈਂਟ ਦਿੰਦਾ ਕਿ ਮੈਂ ਐਲੀਮੀਨੇਟ ਕਰੂੰਗਾ ਗੈਂਗਸਟਰ ਦਾ ਜਿਹੜੇ ਹੈਗੇ ਉਹਨਾਂ ਦੇ ਜਿਹੜੇ ਇਹਨਾਂ ਨੇ ਕੈਟੇਗਰਾਈਜ਼ ਕੀਤੇ ਹੋਏ ਇਹਨਾਂ ਦੇ ਆਪਣੇ ਜੋ ਕ੍ਰਾਈਟੇਰੀਆ ਦੇ ਮੁਤਾਬਕ। ਉਦੋਂ ਇਹ ਦੱਸਣਾ ਭੁੱਲ ਗਿਆ ਸੀ ਕਿ ਜਿਹੜੇ ਘਰਾਂ 'ਚ ਬੈਠੇ ਉਹਨਾਂ ਨੂੰ ਕੱਢ ਕੇ ਮਾਰ ਗਏ ਸੀ, ਉਹ ਦਰੁਸਤ ਕਰ ਲੈਣ, ਦੁਬਾਰਾ ਐਡਵਰਟਾਈਜ਼ਮੈਂਟ ਦੇ ਦੇਣ ਕਿ ਜਿਹੜੇ ਘਰਾਂ 'ਚ ਬੈਠੇ ਆ ਅਸੀਂ ਉਹ ਵੀ ਨਹੀਂ ਸੁਣਨੇ। ਪਰਚਿਆਂ ਦਾ ਰੌਲਾ ਕਾਲੇ ਤੇ ਪਾਇਆ ਜਾ ਰਿਹਾ, ਉਹਦੇ ਚੋਂ 60 ਦਾ ਜੇ 60 ਸੀ ਤਾਂ 60 ਦਾ 12 ਤੱਕ ਜਿਹੜੇ ਹੈਗੇ ਹੋ ਗਏ ਸੀਗੇ। ਹੁਣ ਤਾਂ ਪਿਛਲੇ
ਤਿੰਨਾਂ ਸਾਲਾਂ ਵਿੱਚ ਕੋਈ ਆਹੇ ਦੋ ਚਾਰ ਗੱਲਾਂ ਸੀਗੀਆਂ, ਫਿਰ ਪਹਿਲਾਂ ਵੀ ਉਹਨਾਂ ਨੇ ਆਰਡਰ ਦਾ ਪਤਾ ਗਿਆ, ਅੱਜ ਉਹ ਚੀਕਾਂ ਮਾਰੀਆਂ ਜਾ ਰਹੀਆਂ ਸੜਕਾਂ ਤੇ, ਅੱਜ ਉਹਦੀ ਐਫ ਆਈ ਆਰ ਜਿਹੜੀ ਹੈਗੀ ਹੈ ਉਹ ਅਪਲੋਡ ਕੀਤੀ ਗਈ, ਅਸੀਂ ਪੜ੍ਹ ਨਹੀਂ ਸਕਦੇ ਕਿ ਕੀ ਹੋਇਆ। ਉਹਦੇ ਨਾਲ ਚੱਕੇ ਹੋਏ ਨੌਜਵਾਨ ਅੱਜ ਤੱਕ ਨਹੀਂ ਪਤਾ ਕਿ ਉਹ ਕਿੱਥੇ ਨੇ, ਕਿੰਨੇ ਹੋਰ ਲੋਕਾਂ ਨਾਲ ਰਾਬਤਾ ਕਰਕੇ ਰੇਡ ਕਰਕੇ ਲੜਾਇਆ ਗਿਆ ਕਿ ਇਸ ਅਕੱਠ ਨੂੰ ਜਿਹੜਾ ਹੈਗਾ ਉਹਨੂੰ ਤਾਰ ਪਿੱਟੋ ਕੀਤਾ ਜਾ ਸਕੇ। ਪਰ ਮੈਨੂੰ ਹੈਰਾਨੀ ਔਰ ਖੁਸ਼ੀ ਹੈ ਕਿ ਇਲਾਕਾ ਜਿਵੇਂ ਆਇਆ ਉਹ ਇਸੋ ਸਿੱਧ ਹੁੰਦਾ ਕਿ ਕਾਲਾ ਉਹ ਵੀ ਸੀ ਜਿਹੜਾ ਆਪਣੇ ਪਿੰਡ ਪਿੱਛੇ ਕਹਿੰਦੇ ਲੋਕ ਜੋ ਸਿਸਟਮ ਕਹਿੰਦਾ ਉਹ ਵੀ ਸੀ। ਅੱਜ ਫਿਰ ਤੋਂ ਹਾਲਾਤ ਉਸ ਤੋਂ ਬਦਤਰ ਵਾਲੇ ਪਾਸੇ ਤੁਰੇ ਪਏ ਨੇ। ਇਸ ਕਰਕੇ ਐਨਕਾਊਂਟਰ ਨੂੰ ਛੱਡ ਲਈ, ਹੋਰ ਵੀ ਪਿਛਲੇ ਡੇਢ ਦੋ ਮਹੀਨਿਆਂ ਦੇ ਵਿੱਚ ਐਨਕਾਊਂਟਰ ਹੋਈ ਹੈ। ਜੁਡੀਸ਼ਲ ਜੱਜ ਦੀ ਗੱਲ ਜੋਧਾ ਸਾਹਿਬ ਨੇ ਕਹੀ ਹੈ ਜਾਂ ਮਾਨ ਸਾਹਿਬ ਬੈਠੇ ਆ, ਉਸਨੇ ਵੀ ਕਹਿ ਕੇ ਗਏ ਸੀ ਇਹ ਕਿ ਮੈਂ ਆਪਣੀ ਜਾਣਕਾਰੀ ਮੁਤਾਬਕ ਮੈਂਬਰ ਪਾਰਲੀਮੈਂਟ ਨੇ ਪੁਰਾਣੇ ਰਾਜਨੀਤਿਕ ਆਗੂ ਨੇ ਵੀ ਮੈਂ ਸਮਝਦਾ ਕਿ ਇਹ ਮੁਕਾਬਲਾ ਕੀਤਾ ਗਿਆ ਹੋਇਆ ਜਿਹਨਾਂ ਦਾ ਇੰਟਰਵਿਊ ਮੈਂ ਦੇਖੀ ਸੀ ਉਹ ਸੱਚੀ ਗੱਲ ਹੈ। ਪਰ ਮੈਂ ਗੱਲ ਕਰਦਾ ਕਿ ਅਸੀਂ ਜੁਡੀਸ਼ਲ ਜਾਂਚਾਂ ਦੀ ਗੱਲ ਕਰਦੇ ਹਾਂ, ਜੁਡੀਸ਼ਲ ਜਾਂਚ ਤੋਂ ਕੀ ਭਾਵ ਹੈ? ਅੱਜ ਦਾ ਜੁਡੀਸ਼ਲ ਸਿਸਟਮ ਜੇ ਉਹਦੇ ਵਿੱਚ ਕੋਈ ਰੀੜ ਹੁੰਦੀ ਫਿਰ ਹਿੰਮਤ ਸੀ ਕਿਸੇ ਵੀ ਇਸ ਤਰ੍ਹਾਂ ਕਾਊਂਟਰ ਕਰ ਦਿੰਦੇ। ਮੈਂ ਜੁਡੀਸ਼ਲ ਸਿਸਟਮ ਦੇ ਖਿਲਾਫ ਸੱਚ ਬੋਲ ਕੇ ਜੇ ਲੜ ਕੇ ਆਇਆ ਔਰ ਅੱਜ ਫਿਰ ਕਹਿੰਦਾ ਕਿ ਜੇ ਸਾਡਾ ਜੁਡੀਸ਼ਲ ਸਿਸਟਮ ਜ਼ਿਆਦਾ ਹੁੰਦਾ ਤਾਂ ਇਸ ਤਰ੍ਹਾਂ ਇਨਵੋਕ ਕਰਨ ਦੀ ਹਿੰਮਤ ਕੁਛ ਵੀ ਨਹੀਂ ਸੀ। ਇਹ ਸਾਰਾ ਨੈਕਸਸ ਹੀ ਲੋਕ ਇਕੱਠੇ ਨੇ, ਬੀਜੇਪੀ ਚੀਫ ਜਸਟਿਸ ਸੈਕਟਰੀ ਤੇ ਚੀਫ ਜਸਟਿਸ ਜਿਹੜਾ ਹੈਗਾ ਉਹਦਾ ਇੱਕ ਨੈਕਸਸ ਹੈ, ਡੀਸੀ ਐਸਐਸਪੀ ਤੇ ਸੈਸ਼ਨ ਜੱਜਾਂ ਦਾ ਇੱਕ ਨੈਕਸਸ ਹੈ। ਇਹ ਸਭ ਕੁਛ ਉਹ ਕਰਦੇ ਹੈ ਜੋ ਇਹਨਾਂ ਨੂੰ ਕਰਨ ਵਾਸਤੇ ਹੁਕਮ ਦਿੰਦੇ ਹੈ ਔਰ ਪਿੱਛੇ ਸਿਸਟਮ ਜਿਹੜਾ ਹੈਗਾ ਉਹਦੇ ਮਗਰ ਮੌਜੂਦਾ ਸਰਕਾਰਾਂ ਇਸ ਤੋਂ ਮਾਫ਼ ਨਹੀਂ ਕੀਤਾ ਜਾ ਸਕਦਾ। ਅੱਜ ਜੇ ਉਸਾਂ ਦੀ ਗੱਲ ਕਰੀਏ ਆਪਾਂ ਕਰੀਏ ਜੁਡੀਸ਼ਲ ਸਿਸਟਮ ਦੇ ਕਰੀਏ ਇਹ ਕਿਹਦੇ ਹੱਥ ਵਿੱਚ ਹੈ, ਇਹ ਦੇਖਣਾ ਬਹੁਤ ਜ਼ਰੂਰੀ ਹੈ। ਅਸੀਂ ਉਹ ਮਿੱਟੀ ਦੇ ਪੁੱਤ ਜਿਹੜੇ ਸਮਝੇ ਸੀ ਇਹ ਸਭ ਕੁਛ ਦੇਣਗੇ, ਉਹ ਤੁਹਾਡੀਆਂ ਹਾਲਾਤਾਂ ਨੂੰ ਘਰ ਚੋਂ ਕੱਢ ਕੱਢ ਕੇ ਉਵੇਂ ਮਾਰਨਾ ਸ਼ੁਰੂ ਕੀਤਾ ਜਿਵੇਂ ਕਿ ਪਹਿਲਾਂ ਵਾਲਿਆਂ ਨੂੰ ਜਗ੍ਹਾ ਸਾਫ਼ ਕਰਨ 'ਚ ਲੱਗੇ ਹੋ। ਇਸ ਇਲਾਕੇ ਦੇ ਇਹ ਤਿੰਨ ਨੌਜਵਾਨ ਇਸਦੇ ਰਸਤੇ ਵਿੱਚ ਤੁਰੇ ਗਏ ਸੀ। ਇੱਕ ਲੱਖੀ ਜਿਹੜਾ ਹੈਗਾ ਮੈਂ ਉਹਦੇ ਬਾਰੇ ਜਾਣਕਾਰੀ ਨਾਲ ਦੱਸ ਦਿਆ, ਉਹਦਾ ਕਦੋਂ ਹੋਇਆ ਸੀ ਮਾੜੇ ਦੇ ਬੱਚਾ ਦਰਜ ਹੋਇਆ, ਅੱਜ ਕਾਲਾ ਪੂਜਾ ਸ਼ਿਕਾਰ ਹੋਇਆ। ਇੱਕ ਮਹਿਲਕਾਂ ਦਾ ਪਿੱਟੂ ਵੀ ਹੈਗਾ ਉਹ ਵੀ ਜੇਲ੍ਹ 'ਚ ਬੈਠਾ ਔਰ ਤੀਜਾ ਸ਼ਿਕਾਰ ਹੋਣਾ ਮੈਂ ਤਾਂ ਉਹਦਾ ਤਜਰਬਾ ਕੀਤਾ ਕਿ ਸ਼ਾਇਦ ਬੱਚੇ ਜੇ ਅੱਜ ਅਸੀਂ ਅੱਜ ਗੱਲ ਕਰ ਰਹੇ ਹਾਂ, ਨਹੀਂ ਤਾਂ ਕਿਸੇ ਦਿਨ ਜੇਲ੍ਹ 'ਚੋਂ ਕੱਢ ਕੇ ਲਿਆ ਕੇ ਉਹਦੇ ਤੋਂ ਵੀ ਪ੍ਰਾਪਤ ਕੀਤਾ ਉਹਦੇ ਬਹਾਨੇ ਉਹਨੂੰ ਵੀ ਇਨਕਾਊਂਟਰ ਕੀਤਾ ਜਾ ਸਕਦਾ। ਇਹਨਾਂ ਨੂੰ ਇਨਕਾਊਂਟਰ ਕਰਕੇ ਤੁਸੀਂ ਕਿੰਨਾ ਜਗ੍ਹਾ ਬੰਦੇ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਹੋਊਗਾ। ਔਰ ਸਮਾਂ ਜਿਹੜਾ ਹੈਗਾ ਇਹੋ ਜਿਹੇ ਪੜਦੇ ਲੰਬੇ ਸਮੇਂ ਤੱਕ ਨਹੀਂ ਪਾਏ ਜਾ ਸਕਦੇ। ਇਹ ਸੱਚ ਇਹ ਕਦਮ ਮੁਸ਼ ਬਹੁਤਾ ਸਮਾਂ ਅੰਦਰ ਨਹੀਂ ਰਹਿੰਦੇ ਇਹ ਆਉਂਦੇ ਬਾਹਰ, ਪਰ ਲੋਕਾਂ ਨੂੰ ਜਾਗਣ ਦੀ ਲੋੜ ਹੈ। ਅੱਜ ਮੈਂ ਕਿਹਾ ਸੀ ਅਸੀਂ ਥੋੜ੍ਹੀ ਚੀਜ਼ ਮੰਗਦੇ ਸਾਂ ਤਾਂ ਉਹਨਾਂ ਨੇ ਇੱਕ ਵੱਡੀ ਲਕੀਰ ਮਰ ਕੇ ਚੈਲੰਜ ਦਿੱਤਾ। ਉਹ ਬਲਵਿੰਦਰ ਸਿੰਘ ਸੇਖੋਂ ਨੂੰ ਵੀ ਦਿੱਤਾ, ਸੁਖਜੀਤ ਸਿੰਘ ਮਾਨ ਨੂੰ ਵੀ ਦਿੱਤਾ, ਤੁਸੀਂ ਅਮਜੋਧਾ ਨੂੰ ਦਿੱਤਾ, ਉਹ ਲੋਕਾਈ ਨੂੰ ਦਿੱਤਾ, ਪੰਜਾਬ ਨੂੰ ਦਿੱਤਾ। ਔਰ ਤੁਸੀਂ ਲੋਕ ਕਿਉਂ ਅਸੀਂ ਬਹੁਤ ਦਿਨ ਤੋਂ ਬਰਨਾਲੇ ਸੰਗਰੂਰ ਦੇ ਇਲਾਕੇ ਵਿੱਚ ਤੁਰੇ ਫਿਰਦੇ ਹਾਂ ਕਿ ਜਾਮ ਦੇ ਲੋਕਾਂ ਦੇ ਜ਼ਮੀਨ ਵਾਲੇ ਲੋਕਾਂ ਦੇ ਇਲਾਕਾ ਜਿਹੜਾ ਹੈਗਾ ਵਸਣ ਵਾਸੀ ਦੇ ਇੱਥੇ, ਤਾਂ ਅੱਜ ਫਿਰ ਇੱਕ ਚੈਲੰਜ ਹੈ ਤੁਹਾਡੇ ਸਾਹਮਣੇ, ਇਸ ਚੈਲੰਜ ਨੂੰ ਕਬੂਲ ਕਰਨਾ ਹੋਊਗਾ। ਅੱਜ ਉਸ ਪਰਿਵਾਰ ਦੇ ਵਿੱਚ ਬੇਸ਼ੱਕ ਕੋਈ ਅਜਿਹਾ ਮੈਂਬਰ ਨਹੀਂ ਜਿਹੜਾ ਸਿਰ ਕੱਢ ਕੇ ਅੱਗੇ ਵੱਧ ਸਕੇ, ਜੇ ਅਜਿਹਾ ਹੁੰਦਾ ਤਾਂ ਸੰਸਕਾਰ ਵਾਲੇ ਫਿਰ ਹੀ ਜਿਹੜਾ ਨਾਮ ਫੋਟ ਹੋਣੇ ਸੀ। ਇਹ ਸਾਰੀਆਂ ਗਿਣਤੀਆਂ ਮਿਣਤੀਆਂ ਕਰਕੇ ਹੀ ਇਹ ਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ।
ਕਿ ਕੌਣ ਕਿੰਨਾ ਪਿੱਛੇ ਖੜਾ ਹੋ ਕੇ ਕਿੰਨੀ ਬੜੀ ਗੱਲ ਕਰੂਗਾ, ਔਰ ਸੰਸਕਾਰ ਵਾਲੇ ਦਿਨ ਕਤਲ ਕਰਨ ਵਾਲੇ ਵਿੱਚ ਕਿਉਂ ਹੋਏ ਸੀ। ਸਾਨੂੰ ਬਹੁਤ ਤਕਲੀਫ ਸੀ ਮੈਨੂੰ ਉਸ ਦਿਨ, ਮੈਂ ਜ਼ਿਆਦਾ ਆਪਣਾ ਵਿਆਹ ਨਹੀਂ ਕਰ ਸਕਦਾ, ਪਰ ਕਾਬੂ ਤੁਹਾਡੇ ਵਿੱਚ ਘੁੰਮਦੇ ਹੋ, ਅੱਜ ਵੀ ਹੋਣ, ਅੱਜ ਵੀ ਇੱਥੇ ਹੀ ਕਿਤੇ ਗਏ ਨਹੀਂ, ਕਿਉਂਕਿ ਉਹਨਾਂ ਨੂੰ ਡਰ ਵੀ ਹੈ। ਬੇਨਤੀ ਕਰਨਾ ਮਾਨਿਆਂ ਦੇ ਚੈਨਲ ਦੇ ਵਿੱਚ ਇੱਕ ਉਹ ਮਹਾਨ ਸ਼ਖਸੀਅਤ ਨੇ ਬੋਲਣਾ ਜਿਹਦਾ ਜਨਮ ਰੁਤਬਾ ਲੈਣ ਲਈ ਸੀ, ਭਾਰ ਜਿਹਦਾ ਅੱਧਾ ਛੱਡ ਕੇ ਇਹ ਜੰਮਿਆ ਸੀ ਸਰਕਾਰ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਲੱਖ ਲੱਖ ਪਾਉਂਦੀਆਂ ਨਾਕਾਂ ਦੇ ਵਿੱਚੋਂ, ਉਹਨਾਂ 'ਚ ਬੈਠੋ, ਇਹਨਾਂ ਦੀਆਂ ਗੱਲਾਂ ਸੁਣ ਕੇ ਜਾਂਦੇ ਬੈਠੋ ਜੀ, ਬੈਠੋ ਇਹ ਕੋਈ ਸਰਦਾਰ ਜੀ ਆਮ ਨਹੀਂ ਹੈ ਜਿੱਥੇ ਤੁਸੀਂ ਆਏ ਹੋ ਕੇ ਆਪਾਂ ਇੱਥੇ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਘਰ ਚਲੇ ਜਾਣਾ, ਇਹ ਵੱਖਰੀ ਹੈ, ਇਹ ਵੱਖਰੀ ਗੱਲ ਹੋ ਗਈ ਹੈ। ਮਾਵਾਂ ਦੀਆਂ ਭੈਣਾਂ ਸਭ ਤੋਂ ਵੱਧ ਜਿਹੜਾ ਹੈਗਾ ਇਹਨਾਂ ਦੀਆਂ ਔਰਤਾਂ ਜਿਹੜੀਆਂ ਵੱਡੀਆਂ ਜਾਂਦੀਆਂ, ਜੋਤੀ ਜਿਹੜੀ ਹੈ ਫੁੱਲ ਬਾਗੀ ਕਰ ਵਾਲੀ ਉਹਦੀ ਮਾਂ ਤੇ ਬਾਪ ਜੋ ਨਾਪ ਦੇ ਸਾਹਮਣੇ ਪੂਰੇ ਸਭ ਦੇ ਸਾਹਮਣੇ, ਅੱਜ ਜੇ ਇਹਨਾਂ ਨੂੰ ਅਸੀਂ ਇਕੱਲਿਆਂ ਛੱਡ ਦੇਵਾਂਗੇ ਤਾਂ ਇਹ ਸਿਸਟਮ ਜਿਹੜਾ ਹੋਰ ਤਕੜਾ ਹੋਵੇ ਤੁਹਾਡੇ ਨਾਲ, ਅਗਰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤੁਹਾਡੇ ਨੌਜਵਾਨਾਂ ਦੇ ਸਿਰ ਲਾ ਦੇ। ਅੱਜ ਮੈਂ ਬੇਨਤੀ ਕਰਦਾ ਸਾਰੇ ਇਲਾਕੇ ਦੇ ਲੋਕਾਂ ਨੂੰ, ਮਾਨ ਸਾਹਿਬ ਬੈਠੇ ਆ, ਬਹੁਤ ਲੰਬੀ ਸੰਘਰਸ਼ ਲੜਾਈਆਂ ਇਹਨਾਂ ਦੀਆਂ ਹੈਗੀਆਂ, ਇਹਨਾਂ ਪਰਿਵਾਰਾਂ ਦੇ ਸਿਰ ਤੇ ਹੱਥ ਰੱਖੀਏ, ਆਪਾਂ ਇਹਨਾਂ ਨੂੰ ਸੁਣਿਆ ਛੱਡੀਏ, ਕਿਉਂਕਿ ਜੇ ਇਸ ਆਵਾਜ਼ ਨੂੰ ਹੋਰ ਅੱਗੇ ਨਾ ਲੈ ਕੇ ਜਾਇਆ ਗਿਆ, ਕਬੱਡੀ ਖਿਡਾਰੀਆਂ ਦੀ ਜਿਹੜੀ ਸੰਘਰਸ਼ ਚੱਲ ਰਿਹਾ ਉਹ ਤਾਂ ਹੈਗਾ ਹੀ, ਉਹਦੇ ਵਾਸਤੇ ਤਾਂ ਅਸੀਂ ਬੈਠੇ ਹੀ ਹੈ, ਦੱਸਿਆ ਚੌਦਾਂ ਸਾਹਿਬ ਨੇ 26 ਤਰੀਕ ਨੂੰ ਇਕੱਠ ਰੱਖਿਆ ਸੀ, ਪਰ ਇਸ ਗੈਰ ਕੁਦਰਤੀ ਜਿਹੜੀ ਆ ਰਹੀ ਮੌਤ ਨੂੰ ਕਰਕੇ ਉਸ ਨੂੰ ਅਸੀਂ ਗਾਹ ਕੀਤਾ, ਗਾਹ ਤਾਂ ਅਜਿਹੀ ਗੱਲ ਕੀਤੀ ਹੈ, ਸਾਰਾ ਇਕੱਠ ਤੁਸੀਂ ਦੇਖ ਰਹੇ ਹੋ, ਲੋਕ ਇਲਾਕਾ ਸੁਣ ਰਿਹਾ, ਤਾਂ ਅਸੀਂ ਅੱਜ ਦੇਖਣਾ ਚਾਹੁੰਦੇ ਹਾਂ ਕਿ ਉਹ ਅਸੀਂ ਜਿਹੜਾ ਇਹ ਮਿਨਿਸਟਰ ਹੈ ਲੰਬੀ ਫੇਰੇ ਦੀ ਕੋਠੀ ਸਾਹਮਣੇ 26 ਤਰੀਕ ਕੀਤਾ ਸੀ, ਉਹ ਹੁਣ ਅਸੀਂ 10 ਤਰੀਕ ਨੂੰ ਕਰਨ ਜਾ ਰਹੇ ਹਾਂ, ਜਿੰਨੇ ਬੰਦੇ ਇੱਥੇ ਆਏ ਆ ਇਹ ਘੱਟੋ ਘੱਟ ਅਸੀਂ ਤਾਂ ਯਾਦ ਰੱਖੀਏ, ਕਿਉਂਕਿ ਇੰਨੇ ਲੋਕਾਂ ਤੱਕ ਆਵਾਜ਼ ਪਹੁੰਚਾਉਣ ਬਹੁਤ ਕੀ ਹੋ ਜਾਂਦੀ ਹੈ। ਅਜੇ ਅਸੀਂ ਸ਼ਾਇਦ ਸੋਚ ਕੇ ਕਰਨਾ ਸੀ, ਪਰ ਅੱਜ ਤਾਂ ਮਹਿਸੂਸ ਕੀਤਾ ਕਿ ਇੰਨਾ ਵੱਡਾ ਇਕੱਠ ਹੈ, ਇਹ ਦੇਖੇ ਇਹ ਆਵੇ ਫਿਰ ਇਹ ਅੱਜ ਇੱਥੇ ਖਤਮ ਨਾ ਕਰੀਏ, ਕੱਲ੍ਹ ਨੂੰ ਇਹ ਫੌਗ ਇੱਥੇ ਖਤਮ ਨਹੀਂ ਹੁੰਦਾ, ਇਹਦੇ ਵਾਸਤੇ ਲੰਬਾ ਸੰਘਰਸ਼ ਕਰਨਾ ਪਊਗਾ। ਉਹਦੇ ਵਾਸਤੇ 10 ਤਰੀਕ ਨੂੰ ਮੀਰਦੇਵ ਦੀ ਕੋਠੀ ਦੇ ਸਾਹਮਣੇ ਸਾਰਾ ਪਟਾਲਾ ਸਾਰਾ ਸਮਾਨਾ ਸਾਰਾ ਜਿਹੜਾ ਜ਼ਰੂਰ ਜਿਹੜਾ ਆਉਣ ਵਾਲੇ ਸਮੇਂ 'ਚ ਜੇ ਆਪਾਂ ਇਕੱਠੇ ਹੋਵਾਂਗੇ ਤਾਂ ਅਸੀਂ ਇਨਸਾਫ ਲੈ ਸਕਾਂਗੇ। ਅੱਜ ਜੁਡੀਸ਼ੀਅਲ ਜਾਂਚ ਦੀ ਆਪਾਂ ਗੱਲ ਕਰਦੇ ਸੀ, ਜੁਡੀਸ਼ੀਅਲ ਜਾਂਚ ਅਨਕਾਊਂਟਾਂ 'ਚ ਵੈਸੇ ਹੀ ਹੁੰਦੀ ਹੈ, ਉਹਦੇ ਵਿੱਚ ਇੱਕ ਥੱਲੇ ਲੈਵਲ ਦਾ ਜਿਹੜਾ ਛੋਟਾ ਜੱਜ ਹੁੰਦਾ ਉਹ ਕੁਛ ਦੱਸ ਦਿੰਦਾ, ਉਹ ਕੁਛ ਲਿਖ ਦਿੰਦਾ ਜੋ ਉਹਨੂੰ ਐਡਮਿਨਿਸਟ੍ਰੇਸ਼ਨ ਕਹਿੰਦੀ ਹੈ, ਉਹ ਜੁਡੀਸ਼ੀਅਲ ਜਾਂਚ ਨਹੀਂ ਹੁੰਦੀ ਐਵੇਂ ਗੱਲਾਂ। ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਹਾਈ ਕੋਰਟ ਦੀ ਜਾਂਚ ਜਿਹੜੀ ਅਸੀਂ ਮੰਗਦੇ ਹਾਂ ਥੱਲੇ ਉਹਦੇ ਵੀ ਕੁਛ ਨਹੀਂ ਹੋਣਾ, ਕਿਉਂਕਿ ਉਹਨਾਂ ਦੇ ਵੀ ਰੇਡ ਦੀਆਂ ਹੱਡੀਆਂ ਨਹੀਂ ਹੈਗੀਆਂ, ਉਹ ਵੀ ਉਹੀ ਹੁਕਮ ਕਰਨਗੇ ਜਿਹੜੇ ਡੀਜੀਪੀ ਤੇ ਸੈਕਟਰੀਆਂ ਦੇ ਆਉਣਗੇ। ਉਮੀਦ ਸਾਨੂੰ ਇੱਥੋਂ ਵੀ ਨਹੀਂ ਹੈ, ਇਨਕਾਰ ਅਸੀਂ ਉਹਦੇ ਵੀ ਕਰਦੇ ਹਾਂ, ਪਰ ਸਾਡੇ ਕੋਲ ਹੱਲ ਕੀ ਹੈ? ਅਸੀਂ ਕੋਈ ਬਰੂਕਾ ਨਾਮਾ ਜਾ ਕੇ ਲੜਨ ਤੇ ਹੀ ਹੋਰ ਨਹੀਂ ਹੈ, ਅਸੀਂ ਸੱਚ ਬੋਲ ਸਕਦੇ ਹਾਂ, ਜੇ ਭੇਜ ਸਕਦੇ ਹਾਂ ਜਦੋਂ ਮਰਜ਼ੀ ਭੇਜਣਾ, ਫਿਰ ਮੈਂ ਜੁਡੀਸ਼ੀਅਲ ਨੂੰ ਇੱਕ ਤਰੀਕੇ ਨਾਲ ਕੰਡੈਮ ਕਰਨ ਵਾਲਾ ਕਹਿੰਦਾ ਕਿ ਤੁਸੀਂ ਇਨਸਾਫ਼ ਦੇ ਮੁੱਦਾਂ 'ਚ ਇਕੱਠੇ ਹੋਏ ਲੋਕ ਜੇ ਕੁਛ ਰੀੜ ਦੀ ਹੱਡੀ ਮੰਨਦੇ ਹੁੰਦੇ, ਅੱਜ ਇਹ ਸਿਸਟਮ ਇੰਨਾ ਹਿੰਮਤ ਨਹੀਂ ਕਰਦਾ ਵੀ ਸਾਡੇ ਮੁੱਦਾਂ ਨੂੰ ਗਲਤ ਕਰਕੇ ਹੋਈ ਮੰਨ, ਸੋਚੋ ਇਸ ਧਰਤੀ ਤੋਂ ਸਭ ਨੇ ਚਲੇ ਜਾਣਾ ਹੈ, ਇੱਕ ਵਾਰੀ ਜਨਮ ਲੈਣਾ ਹੈ। ਨੌਜਵਾਨ ਮੌਤ ਕਹੀ ਹੈ 47 ਸਾਲ ਦੀ ਉਮਰ ਦੇ ਵਿੱਚ ਖੜੀ ਦੀ, ਹੋਰ ਬਹੁਤ ਚੀਜ਼ਾਂ ਜਿਹੜੀ ਤੁਹਾਡੇ ਸਾਹਮਣੇ ਡੇਲੀ ਬੇਸਿਸ 'ਤੇ ਆ ਰਹੀ ਹੈ, ਜਿਲ੍ਹੇ ਦੇ ਵਿੱਚ 1 ਮਹੀਨਾ ਪਹਿਲਾਂ ਮੁਕਾਬਲਾ ਹੋਇਆ, ਉੱਥੇ ਪਰੋਂ ਬੁਲਾ ਕੇ ਖੇਤ ਨੂੰ ਮੁੰਡੇ ਨੂੰ ਆਇਆ, ਹੋਰ ਬਹੁਤ ਮੁਕਾਬਲੇ ਹੋਏ ਹੈ, ਇਹ ਹੋਣਗੇ, ਇਹਨਾਂ ਨੂੰ ਆਹੀ ਲੋਕਾਂ ਦੇ ਲੋਕ ਉੱਠਣਗੇ। ਤੁਸੀਂ ਉਮੀਦ ਨਾ ਰੱਖੋ ਕਿ ਇਹ ਸਰਕਾਰ ਜਿਹੜੀ ਤੁਸੀਂ ਬਣਾਈ ਸੀ ਇਹਦੇ ਤੋਂ ਕੋਈ ਕੋਈ ਭਲਾ ਨਾ ਹੈਗਾ ਸੀ, ਇਹਦੇ ਤੋਂ ਉਮੀਦ ਰੱਖੀਏ, ਅੱਜ ਵੀ ਇਸ ਜਗ੍ਹਾ ਤੇ ਆ ਕੇ ਕੋਈ ਹੱਥ ਦਾ ਨਾਰਾ ਲਾਇਆ ਜਾ ਸਕਦਾ ਸੀ, ਪਰ ਜਿਹੜੇ ਕੁਝ ਕਾਤਲ ਹੋਣ ਉਹਨਾਂ ਦੇ ਹੱਥ ਮੂੰਹ ਦੇ ਨਾਲ ਲਿਖੜੇ ਹੋਣ, ਉਹ ਅੱਖਾਂ ਚੱਖਾਂ ਪਾ ਕੇ ਨਹੀਂ ਆ ਸਕਦੇ।
ਪਰ ਐਡਮਿਨਿਸਟ੍ਰੇਸ਼ਨ ਕਰਮੀ ਬੇਸ਼ਰਮੀ ਦੇ ਨਾਲ ਅੱਜ ਵੀ ਆਪਣੀਆਂ ਸਾਂਸਾਂ ਜੁੱਟੀ ਹੋਈ ਹੈ, ਗਿਣਤੀਆਂ ਮਿਣਤੀਆਂ ਚੱਲ ਰਹੀਆਂ, ਬਹੁਤ ਕੁਛ ਵੇਖਿਆ ਜਾ ਰਿਹਾ ਸੀ ਵੀ ਕੀ ਹੋਊਗਾ। ਉਸ ਤੋਂ ਬਾਅਦ ਇਹ ਆਪਣੀ ਰਣਨੀਤੀ ਬਣਾਉਣਗੇ। ਅਸੀਂ ਵੀ ਥੋੜ੍ਹਾ ਚੁੱਪ ਕਰਕੇ ਇਸ ਗੱਲ ਨੂੰ ਜਿਹੜਾ ਹੈਗਾ ਵੇਖਿਆ ਹੋਵੇ ਸੀ ਕਿ ਲੋਕਾਂ ਦਾ ਸੰਗਾਹ ਕੀ ਹੈ, ਵੀ ਅਸੀਂ ਵੀ ਪਿੰਡਾਂ ਦੇ ਵਿੱਚ ਇਸ ਤੋਂ ਵੱਧ ਇਕੱਠ ਕਰਕੇ ਹੋਰ ਰੌਲਾ ਪਾ ਕੇ ਅੱਜ ਇਸ ਇਕੱਠ ਨੂੰ ਵੱਡਾ ਕਰ ਸਕਦੇ ਸੀ, ਪਰ ਨਹੀਂ, ਇਹ ਪਹਿਲਾਂ ਹੀ ਬਹੁਤ ਵੱਡਾ ਹੈ, ਤੁਸੀਂ ਪਹਿਲਾਂ ਹੀ ਬਹੁਤ ਤਕਲੀਫ ਵਿੱਚ ਹੈਗੇ ਹੋ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਦਸਤੀਕ ਦੀ ਗੱਲ ਯਾਦ ਰੱਖਿਆ ਜੇ ਇਸ ਅੰਦਾਜ਼ ਲਈ ਜਿਹੜੀ ਹੈਗੀ ਹੈ, ਮੈਂ ਤਾਂ ਆਪਣੇ ਵੱਲੋਂ ਆਪਣੇ ਪਿੰਡ ਚ ਪਾਉਣਾ ਸਮੈਂ ਨਹੀਂ, ਮੇਰੇ ਬਸ ਦਾ ਰੋਕੀ ਹੈ ਕਿ ਅੱਜ ਕਹਾਂ ਕਿ ਮੈਂ ਹੋਰ ਭੇਦ ਕਰਦਾ, ਇਹ ਗੱਲ ਖਤਮ ਹੋ ਗਈ ਨਹੀਂ, ਅਜੇ ਬਹੁਤ ਦੂਰ ਹੈ। ਇਹ ਸ਼ਰਧਾਂਜਲੀ ਜੇ ਜਿਉਂਦੇ ਆ ਹੋਇਆ ਦੇਣ ਦਾ ਮੌਕਾ ਮਿਲਿਆ ਤਾਂ ਦੱਸਾਂਗੇ ਕਿ ਅੱਜ ਸ਼ਰਧਾਂਜਲੀ ਅੱਜ ਨਹੀਂ ਹੈ, ਇਹ ਸੱਚ ਹੈ। ਇਹ ਕੋਈ ਘੱਟ ਥੋੜਾ ਗੁਜ਼ਾਰਾ ਨਹੀਂ ਹੈ। ਤੋ ਆਉਣ ਵਾਲੇ ਸਮੇਂ ਵਿੱਚ ਮਾਨ ਸਾਹਿਬ ਨੂੰ ਵੀ ਬੇਨਤੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਆਪਾਂ ਜਿਹੜੀਆਂ ਨਸ਼ੇ ਦੀਆਂ ਗੱਲਾਂ ਤਾਂ ਕਰਦੇ ਹਾਂ ਉਹ ਵੱਧਦੀਆਂ, ਸੋ ਪੋਇਜ਼ਨ ਦੇ ਕੇ ਤੁਹਾਡੀ ਜਵਾਨੀ ਖਤਮ ਕੀਤੀਆਂ ਜਾ ਰਹੀਆਂ, ਪਰ ਗੋਲੀਆਂ ਲਾ ਕੇ ਖਾਣ ਵਾਸਤੇ ਤਾਂ ਮਾਹੌਲ ਨਹੀਂ ਹੈ। ਅੱਜ ਇੱਕ ਸੰਤਾਲੀਆਂ ਦੇ ਸਾਹਮਣੇ ਤੁਹਾਡੇ ਕੋਲ ਕਿਉਂ ਬੜੇ ਹੋਣ, ਉਹ ਵੀ ਪਿੱਛੇ ਇੱਕ ਨਵੇਂ ਗ੍ਰਾਂਤ ਦਾ ਜਿਵੇਂ ਸ਼ਿਕਾਰ ਖੇਡਿਆ ਗਿਆ ਸੋਨੇ ਦਾ, ਜਿਹੜਾ ਜਿਵੇਂ ਆਪਾਂ ਪੱਗੜੀ ਬੰਨਦੇ ਸ਼ੇਰ ਆਉਂਦਾ ਸ਼ਿਕਾਰ ਖੇਡਣ, ਇਵੇਂ ਉਹ ਪੱਗਾਂ ਦਰਜ ਕਰਕੇ ਇਹਦੇ ਪ੍ਰੋਗਰਾਮ ਕੱਢਿਆ ਗਿਆ ਸਾਜਿਸ਼ ਦਾ, ਫਿਰ ਰਾਜੀਨਾਮੇ ਦੀਆਂ ਗੱਲਾਂ ਕਰਕੇ ਗੱਲਾਂ ਕਰਦੇ ਕਹਿੰਦੇ ਜੀ ਹਾਂ ਅਸੀਂ ਆਓ ਨਹੀਂ ਤਿਆਰ ਸੀ, ਉਹ ਰਾਜੀਨਾਮੇ ਦੀਆਂ ਇੱਕ ਬੱਕਰੀ ਬਣੀ ਗਈ ਤਾਂ ਕਿ ਅਵੇਸਲਾ ਹੋ ਜਾਵੇ, ਗਾਲ ਨੂੰ ਪਤਾ ਲੱਗ ਜਾਵੇ ਗੱਲ ਨਿਬੜ ਗਈ, ਇਹਨੇ ਆਪਣੇ ਘਰੇ ਕਿਹਾ ਸਾਡਾ ਰਾਜੀਨਾਮਾ ਹੋ ਗਿਆ, ਕੱਲ੍ਹ ਨੂੰ ਦਿਖਾਵੜੀ ਹੋ ਜੂਗੀ, ਅਤੇ ਉਹ ਤੋਂ ਅੱਧੇ ਘੰਟੇ ਬਾਅਦ ਜਿਹੜਾ ਉਹਦੇ ਗੋਲੀਆਂ ਜਿਹੜੀਆਂ ਨੇਗੀਆਂ ਮਾਰਕੀਟ ਨੂੰ ਮਾਰ ਦਿੱਤਾ ਜਾਂਦਾ। ਬਿਲਕੁਲ ਮੈਂ ਕਲੀਅਰ ਕਹਿੰਦਾ ਇਹ ਮੁਕਾਬਲਾ ਹੁਣ ਤੱਕ ਜਿੰਨੀ ਸਾਹਮਣੇ ਆਈ ਹੈ, ਮਾਨ ਸਾਹਿਬ ਨੇ ਵੀ ਕਿਹਾ ਸੀ ਕਹਿੰਦੇ ਹਾਂ ਕਿ ਇਹ ਵੱਜਣਾ ਚਾਹੁੰਦਾ ਸੀ, ਉਹਨੇ ਹੱਥ ਖੜੇ ਕੀਤੇ ਸੀ, ਉਹਨੇ ਕਿਹਾ ਸੀ ਨਹੀਂ ਮੈਨੂੰ ਮਾਰਨਾ, ਇਸ ਤੋਂ ਅੱਗੇ ਤਾਂ ਫਿਰ ਅਗਲੀ ਜਿਹੜੀ ਹੈ ਹੈਗੀ ਜਿਹੜੀ ਜਿਹੜੀ ਇਸ ਤੋਂ ਫਰਦਰ ਗੱਲ ਹੈ ਉਹ ਤਾਂ ਹੁਣ ਜੁਡੀਸ਼ੀਅਲ ਜਾਣ ਤੋਂ ਬਾਅਦ ਕੀਤੀ ਜਾ ਸਕਦੀ ਹੈ। ਤੋ ਅਸੀਂ ਬੇਨਤੀ ਕਰਦੇ ਹਾਂ ਕਿ ਭਾਵੇਂ ਸਾਨੂੰ ਇਸ ਸਿਸਟਮ ਦੇ ਅਖਬਾਰ ਨਹੀਂ ਹੈ, ਫਿਰ ਵੀ ਘੱਟੋ ਘੱਟ ਅੱਗੇ ਗੁਣਾ ਕੋਈ ਵੱਡਾ ਜੱਜ ਤਾਂ ਲਵੇ ਆਪਣੇ ਸਿਰ, ਛੋਟੇ ਜਿਹੇ ਜੱਜ ਤੇ ਨਾ ਛੱਡ ਦਿੱਤਾ ਜਾਵੇ, ਇਹ ਇੱਕ ਵਾਰੀ ਘੱਟੋ ਘੱਟ ਹਾਈਕੋਰਟ ਦਾ ਕੋਈ ਮੌਜੂਦਾ ਜਿਹੜਾ ਜਸਟਿਸ ਕਰੇ, ਕਿਉਂ ਰਿਟਾਇਰ ਕਰਨ ਰਿਟਾਇਰ ਤਾਂ ਆਪਣੇ ਬੈਨੀਫਿਟ ਲੈ ਕੇ ਹੋਰ ਵੱਖਰੇ ਜਿਹੜੇ ਹੈਗੇ ਆ ਚੀਜ਼ਾਂ ਇਹ ਤੋਂ ਵੱਡੇ ਹੋਏ ਨੇ, ਕਿਉਂ ਮੌਜੂਦਾ ਜੱਜ ਨਾ ਕਰੇ, ਮੌਜੂਦਾ ਜੱਜ ਜਿਹੜਾ ਹੈਗਾ ਹਾਈਕੋਰਟ ਦਾ ਇਸ ਦੀ ਰੁਕਵਾਈ ਕਰੇ, ਜੋ ਵੀ ਹੈਗੀ ਹੈ ਸੱਚ ਝੂਠ ਤੋਂ ਪਹਿਲਾਂ ਸਾਹਮਣੇ ਜਿਸ ਤਰ੍ਹਾਂ ਲੈ ਕੇ ਆਉਣਾ ਲੈ ਕੇ ਆਪਣੇ ਸ੍ਰੀ ਦਰਸ਼ਨ ਵਾਸਤੇ ਅੱਗੇ ਵੀ ਖੜੇ ਹੈ, ਔਰ ਜਿਹੜੇ ਚਾਰ ਕਬੱਡੀ ਖਿਡਾਰੀਆਂ ਦਾ ਇਨਸਾਫ ਹੈ ਉਹਦੇ ਵਾਸਤੇ ਵੀ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਕਰਦੇ ਹਾਂ, ਕਿਉਂਕਿ ਅਸੀਂ ਬੋਲ ਕੇ ਇੱਕ ਲਾਲ ਪਾ ਲਿਆ, ਹੋਰ ਨਾ ਮਾਰੋ, ਅਸੀਂ ਇਸ ਯੋਗਤੀ ਹੈ ਕਿ ਸਾਨੂੰ ਮਾਰਿਆ ਜਾਵੇ, ਹੱਥ ਜੋੜ ਕੇ ਬੇਨਤੀ ਹੈ ਕਿ ਨਾ ਕਰੋ ਇਹ ਆਹ 302 ਜਿਹੜੇ ਤੁਸੀਂ ਕੰਮ ਜੇ ਵਿੱਚ ਇਹਨਾਂ ਤਾਂ ਛੱਡ ਦਿਓ, ਕਾਲਾ ਤਾਂ ਤੁਸੀਂ ਹੁਣ ਮੋੜ ਨਹੀਂ ਸਕਦੇ, ਹੋਰ ਕਾਲਾ ਨਾ ਮਾਰਿਆ ਜੀ, ਇਹ ਬੇਨਤੀ ਕਰਦੇ ਹਾਂ, ਮਿੰਨਤਾਂ ਕਰਦੇ ਹਾਂ ਤੁਹਾਡੀਆਂ, ਅਸੀਂ ਹੜਤਾਲ ਨਹੀਂ ਕਰਵਾਉਣੀਆਂ ਤੁਹਾਡੇ ਕੋਲੋਂ, ਤੁਸੀਂ ਜਬਰ ਹੋ ਤੁਹਾਡੇ ਹੱਥ ਵਿੱਚ ਫਿਰ ਤਾਕਤ ਹੈ, ਇਸ ਆਪਣੇ ਭਗਵੰਤ ਮਾਨ ਜਿਹੜਾ ਹੈਗਾ ਇਹਨੂੰ ਮਾੜੀ ਮੋਟੀ ਸ਼ਰਮ ਕਰਨੀ ਚਾਹੀਦੀ ਹੈ ਕਿ ਕਿਹੜੀਆਂ ਸਭਾਵਾਂ ਖਾ ਕੇ ਇਹਦੇ ਇਹ ਜਿਹੜਾ ਹੈਗਾ ਭਗਤ ਸਿੰਘ ਦੇ ਜਨਮ ਸਥਾਨ ਤੇ ਜਾ ਕੇ ਜੋੜਨ ਜੋ ਕੀਤਾ ਕਰਤੂਤਾਂ ਕੀ ਕਰ ਰਿਹਾ, ਅੱਜ ਕਿਵੇਂ ਸਟੇਟ ਦਾ ਜਿਹੜਾ ਪ੍ਰਵਾਹ ਕੀਤੇ ਜਿਹੜਾ ਹੈਗਾ ਉਹ ਦਿਨੋਂ ਕਿਤੇ ਵਸਣੀ ਵਜਾ ਰਿਹਾ ਤੇ ਲੋਕ ਸੜ ਰਿਹਾ, ਮੇਰੇ ਕੋਲ ਸ਼ਬਦ ਜਿਹੜੇ ਹੈਗੇ ਉਹ ਜਿਹੇ ਨਹੀਂ ਹੈ ਕਿ ਮੈਂ ਉਸ ਕੇ ਪਿੱਛੇ ਗੱਲਾਂ ਨਾਲ ਤੁਹਾਨੂੰ ਕੋਈ ਗੱਲ ਕਰ ਸਕਾਂ, ਮੈਂ ਆਪਣੇ ਹਿਰਦੇ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੋ ਸਾਰਿਆਂ ਨੂੰ ਬੇਨਤੀ ਹੈ ਇਸ ਚੀਜ਼ ਨੂੰ ਅੱਜ ਇੱਥੇ ਨਿਬੇੜ ਕੇ ਨਾ ਜਾਇਆ ਜੀ, ਤੇ ਜੋ ਜਿਹੜੀ ਹੈਗੀ ਜਿਉਣੀ ਪਊਗੀ ਲੰਬੇ ਸਮੇਂ ਟਿਕਾਉਣੀ ਪਊਗੀ, ਇਨਸਾਫ ਲੈਣਾ ਪਊਗਾ ਔਰ ਇਨਸਾਫ ਜਿਹੜਾ ਇਲਾਕੇ ਦੇ ਲੋਕ ਲੈਣਗੇ, ਤੁਸੀਂ ਤੁਰੋਗੇ ਤਾਂ ਅਸੀਂ ਨਾਲ ਹੈ ਜੀ, ਤੁਸੀਂ ਕਹੋ ਕਿ ਮੈਂ ਮਾਨ ਸਾਹਿਬ ਜਾਂ ਜੋਧਾ ਜੀ ਆਪਣੇ ਆਪਣੇ ਕੰਮਾਂ ਤੋਂ ਨਿਬੜ ਕੇ ਆ ਕੇ ਸਿਰਫ ਅਸੀਂ ਆ ਜਾ ਕੇ ਸੋਚੀ ਪਰ ਨਹੀਂ, ਇਹ ਤੁਹਾਡੇ ਨਾਲ ਹੋਣਾ ਜਿਹੜਾ ਦੱਸੋ, ਕਿਰਪਾ ਕਰਿਆ ਜੀ ਆਪਣੇ ਆਉਣ ਵਾਲੇ ਸਮੇਂ ਵਿੱਚ ਹੋਰ ਯੂਥ ਜਿਹੜੇ ਹੈਗੇ ਆ ਹੋਰ ਕਦਮ ਜਿਹੜੇ ਹੈਗੇ ਆ ਇਹਨਾਂ ਦੇ ਹੱਥਾਂ ਵਿੱਚ ਨਾ ਆਓ, ਔਰ ਫਿਰ ਮੈਂ ਆਪਣੀ ਗੱਲ ਕਰਨ ਤੋਂ ਕਹਿੰਦਾ ਕਿ ਸ਼ਰਮ ਕਰੋ, ਜਿਸ ਤਰ੍ਹਾਂ ਵੀ ਤੁਸੀਂ ਅਪੀਲ ਜਿਹੜੀ ਮੰਨਦੇ ਹੋ ਮੰਨੋ,
ਸਾਡੇ ਪੁੱਤ ਮਰਨੇ ਬੰਦ ਕਰੋ, ਭਾਵੇਂ ਸਰਕਾਰ ਨੂੰ ਇਹ, ਭਾਵੇਂ ਐਡਮਿਨਿਸਟ੍ਰੇਸ਼ਨ ਹੈ, ਇਹ ਜਾ ਕੇ ਲੋਕਾਂ ਦੇ ਬੱਚੇ ਬੜੇ ਕੀਮਤੀ ਹੈ, ਜਿਹਨਾਂ ਦੇ ਘਰਾਂ ਵਿੱਚੋਂ ਚਲੇ ਜਾਂਦੇ ਆ ਉਹ ਧੀ ਨੂੰ ਪੂਰੀ ਮਹਿਰਬਾਨੀ ਉਹਦੇ ਮਾਂ ਬਾਪ ਨੂੰ ਪੁੱਛ ਕੇ ਵੇਖੋ ਇਹ ਪਰਮਾਤਮਾ ਤੁਹਾਡੇ ਘਰਾਂ ਦੇ ਵਿੱਚ ਵੀ ਸੇਫਟੀ ਇਵੇਂ ਲਾਊਗਾ, ਜਿਹੜੇ ਵੀ ਪੁਰਾਣੇ ਕਾਲੇ ਟਾਈਮ ਦੇ ਦੌਰ ਦੇ ਵੀ ਅਫਸਰ ਰਹੇ ਹੈ, ਰੱਖ ਰੱਖ ਕੇ ਸੜ ਸੜ ਕੇ ਮਰ ਰਹੇ ਹੈ, ਕੁੱਤੇ ਦੀ ਮੌਤ ਮਰ ਰਹੇ ਹੈ, ਇਹ ਜਿਹੜੇ ਗਲਤ ਕੰਮ ਹੈ।